ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਸਾਹਮਣੇ ਆ ਰਹੀ ਹੈ ਕਿ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੇ ਤਲਵਾੜ ਸਮੇਤ ਕਈ ਕਾਂਗਰਸੀਆਂ ਨੇ ਪੁਲਿਸ ਕਮਿਸ਼ਨਰ ਦਫ਼ਤਰ ਵਿਖੇ ਗ੍ਰਿਫਤਾਰੀ ਦੇ ਦਿੱਤੀ ਹੈ। ਕਾਂਗਰਸੀ ਆਗੂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ ਵੱਲੋਂ ਉਹਨਾਂ ਨੂੰ ਥਾਣਾ ਡਿਵੀਜ਼ਨ ਨੰਬਰ 1 ਵਿਖੇ ਲਿਜਾਇਆ ਗਿਆ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰਵਨੀਤ ਬਿੱਟੂ ਜਦੋਂ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਤਾਂ ਗੱਡੀ ਦੇ ਵਿੱਚ ਮੌਜੂਦ ਸੀ, ਤਾਂ ਉਸ ਵਕਤ ਹੋਰ ਵੀ ਕਈ ਕਾਂਗਰਸੀ ਜਿਹੜੇ ਨਾਲ ਮੌਜੂਦ ਸਨ, ਜਿਨ੍ਹਾਂ ਦੇ ਵੱਲੋਂ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਦੇਖੋ ਕਿਸ ਤਰੀਕੇ ਨਾਲ ਸਾਡੇ ਨੌਜਵਾਨਾਂ ਨੂੰ ਕਿਸ ਤਰੀਕੇ ਨਾਲ ਧੱਕੇ ਨਾਲ ਇਹ ਬੱਸਾਂ 'ਚ ਲੈ ਕੇ ਜਾ ਰਹੇ ਆ। ਆਹ ਸਾਡੀਆਂ ਮਾਵਾਂ ਭੈਣਾਂ ਦੇਖੋ ਉਹਨਾਂ ਦਾ ਕੀ ਹਾਲ ਕੀਤਾ ਇਹਨਾਂ ਨੇ। ਆਹ ਸਾਡੇ ਸਾਰੀ ਯੂਥ ਕਾਂਗਰਸ, ਆਹ ਸਾਡੇ ਬਜ਼ੁਰਗ ਜਿਨ੍ਹਾਂ ਨੇ ਸਾਰਿਆਂ ਨੇ ਆਹ ਸਾਡੇ ਦੇਖੋ ਇੱਧਰ ਦੇਖੋ ਰਾਜ ਸਾਹਿਬ ਬੈਠੇ ਆ, ਇੱਧਰ ਜੋਸ਼ੀ ਜੀ, ਇੱਧਰ ਸਾਡੇ ਯੂਥ ਦੇ ਸਾਰੇ ਨੁਮਾਇੰਦੇ ਗ੍ਰਿਫਤਾਰ ਕਰਕੇ ਦੇ ਰਹੇ ਆ, ਕੱਲੀ ਕੱਲੀ ਗ੍ਰਿਫਤਾਰੀ। ਕਿੰਨਾ ਵੱਡਾ ਧੱਕਾ ਅੱਜ ਹੋਇਆ। ਆਹ ਸਾਡੇ ਜਗਰਾਓ ਤੋਂ, ਨਾਰਥ ਤੋਂ, ਪਿੱਛੇ ਸਿੰਪਲ ਤੋਂ ਹੱਥ ਪਾ ਕੇ ਰੱਖਿਆ ਹੱਥ। ਦੇਖੋ ਕਿਸ ਤਰੀਕੇ ਨਾਲ ਸਾਡੇ ਨੌਜਵਾਨਾਂ ਨੂੰ ਕਿਸ ਤਰੀਕੇ ਨਾਲ ਧੱਕੇ ਨਾਲ ਇਹ ਬੱਸਾਂ 'ਚ ਲੈ ਕੇ ਜਾ ਰਹੇ ਆ। ਆਹ ਸਾਡੀਆਂ ਮਾਵਾਂ ਭੈਣਾਂ ਦੇਖੋ ਉਹਨਾਂ ਦਾ ਕੀ ਹਾਲ ਕੀਤਾ ਇਹਨਾਂ ਨੇ। ਆਹ ਸਾਡੇ ਸਾਰੀ ਯੂਥ ਕਾਂਗਰਸ, ਆਹ ਸਾਡੇ ਬਜ਼ੁਰਗ ਜਿਨ੍ਹਾਂ ਨੇ ਸਾਰਿਆਂ ਨੇ ਆਹ ਸਾਡੇ ਦੇਖੋ ਇੱਧਰ ਦੇਖੋ ਰਾਜ ਸਾਹਿਬ ਬੈਠੇ ਆ, ਇੱਧਰ ਜੋਸ਼ੀ ਜੀ, ਇੱਧਰ ਸਾਡੇ ਯੂਥ ਦੇ ਸਾਰੇ ਨੁਮਾਇੰਦੇ ਗ੍ਰਿਫਤਾਰ ਕਰਕੇ ਦੇ ਰਹੇ ਆ, ਕੱਲੀ ਕੱਲੀ ਗ੍ਰਿਫਤਾਰੀ। ਕਿੰਨਾ ਵੱਡਾ ਧੱਕਾ ਅੱਜ ਹੋਇਆ। ਆਹ ਸਾਡੇ ਜਗਰਾਓ ਤੋਂ, ਨਾਰਥ ਤੋਂ, ਪਿੱਛੇ ਸਿੰਪਲ ਤੋਂ ਹੱਥ ਪਾ ਕੇ ਰੱਖਿਆ ਹੱਥ। ਜ਼ਿਕਰਯੋਗ ਹੈ ਕਿ MP ਬਿੱਟੂ, ਆਸ਼ੂ ਤਲਵਾੜ ਤੇ ਹੋਰ ਕਾਂਗਰਸੀ ਵੱਲੋਂ ਨਗਰ ਨਿਗਮ ਦੇ ਦਫ਼ਤਰ ਨੂੰ ਤਾਲਾ ਲਗਾਉਣ ਕਰਕੇ ਉਹਨਾਂ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ। ਕਾਂਗਰਸੀ ਨੇ ਇਸੇ ਮੁਕੱਦਮੇ ਦੇ ਵਿੱਚ ਗ੍ਰਿਫਤਾਰੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਗ੍ਰਿਫਤਾਰੀਆਂ ਦੇਣ ਆਏ ਕਾਂਗਰਸੀਆਂ ਦੇ ਪੁਲਿਸ ਵਿਚਕਾਰ ਹੱਥੋਂ ਪਾਈ ਵੀ ਦੇਖਣ ਨੂੰ ਮਿਲੀ ਸੀ। ਕਾਂਗਰਸੀ ਪੁਲਿਸ ਕਮਿਸ਼ਨਰ ਦਫ਼ਤਰ ਜਾਣਾ ਚਾਹੁੰਦੇ ਸਨ, ਜਿਨ੍ਹਾਂ ਨੂੰ ਪੁਲਿਸ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮਾਹੌਲ ਤਣਾਅਪੂਰਨ ਹੋ ਗਿਆ। ਜ਼ਿਕਰਯੋਗ ਹੈ ਕਿ ਦਿਨੀ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਉੱਚ ਪੱਧਰੀ ਮੀਟਿੰਗ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਅਗਵਾਈ ਦੇ ਵਿੱਚ ਹੋਈ ਸੀ, ਜਿਸ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੇ ਤਲਵਾੜ ਅਤੇ ਹਲਕਿਆਂ ਦੇ ਇੰਚਾਰਜ ਅਤੇ ਹੋਰ ਸੀਨੀਅਰ ਆਗੂ ਸ਼ਾਮਲ ਹੋਏ ਸਨ। ਮੀਟਿੰਗ ਤੋਂ ਬਾਅਦ ਬਿੱਟੂ ਨੇ ਕਿਹਾ ਕਿ ਕਾਂਗਰਸੀਆਂ ਵੱਲੋਂ 5 ਮਾਰਚ ਨੂੰ ਦੁਪਹਿਰ 12 ਵਜੇ ਗ੍ਰਿਫਤਾਰੀਆਂ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਜਿਨ੍ਹਾਂ ਦੇ ਖਿਲਾਫ਼ ਬਾਈ ਨੇਮ FIR ਦਰਜ ਆ ਉਹ ਆਗੂ ਗ੍ਰਿਫਤਾਰੀਆਂ ਦੇਣਗੇ, ਉਸ ਤੋਂ ਬਾਅਦ ਜੋ ਅਣਪਛਾਤੇ ਵਿਅਕਤੀ ਨੇ ਉਹ ਅਤੇ ਹੋਰ ਕਾਂਗਰਸੀ ਵੀ ਗ੍ਰਿਫਤਾਰੀਆਂ ਦੇਣਗੇ, ਜਿਸ ਕਰਕੇ ਮਾਹੌਲ ਕਾਫ਼ੀ ਤਣਾਅਪੂਰਨ ਬਣਿਆ। ਹਕੀਕਤ TV ਪੰਜਾਬੀ ਲਈ ਬਿਊਰੋ ਰਿਪੋਰਟ।